हेलो एंड वेलकम, सत श्री अकाल जी सारिआं नूं। तुहाडा स्वागत करदे हाँ साडे पहले ब्लॉग ते। मेरी रीत सीगी कि मैं अपनी ब्लॉगिंग शुरू करनी है, ते कित्थों करनी है वो अज दिन आ गया कि असीं जाण लगे हाँ। मैं हो गई हाँ तैयार, ते मेरे नाल कौन जा रहा है वो थोड़ी देर च असीं रिवील करांगे, ते थोड़ी देर च मिलदे हाँ। कर दो आगे आके, बाय बाय। सानू तुरदे चश्मे देखो, सानू तुरदे तुरदे याद आया कि साड़ियाँ मैचिंग हो रही है ना, ये बाय चांस होगी। हूँ असी चले अपनी डेस्टिनेशन होती है ना, डेस्टिनेशन वालू तो जाना कितने वो थानू दसदे हैं, कितने थोड़ी देर च रिवील करते हैं। Hours later. साढ़े पूजा दीदी जेड़े कि इस टाइम फोन च बिजी ने, ठीक है। ये तुसी देख सकते हो जी, ये रूम ठीक है, छोटा जहा पर सोहना है बहुत, मतलब असी पहली बार चीज़ देख के सानू पसंद आया। ये लग गया टीवी, ये भैया साड़ी लिमका दी बोतल, ये है शीशा, तो ये है मैं, ये है पूजा दीदी, ते कबड जिदा कोई यूज नहीं, देखते हैं होया तो जरूर करेंगे। एंड एरा वॉशरूम, बस जादू वैसे दिखाने दी चीज़ा नहीं होंदिया पर तुसी देख लो, ये शीशा ये मैं, बढ़िया सारा कुछ। हाँ जी बढ़िया लग्या थानू रूम? ते हुण असी करांगे थोड़ी देर रेस्ट, क्योंकि असी बहुत थक गए हैं। किन्ने बजे? 5:30 घंटे की जर्नी तो बाद असी अपने डेस्टिनेशन पर पहुंचे, तो हुण असी थोड़ी रेस्ट करांगे, उस बाद जावांगे मार्केट, फिर तुहानू दिखाने कि असी है कित्थे। ये नहीं रिवील होया हजे तक है ना, ठीक है तुहानू दस दिया कि असी कित्थे आए हैं थोड़ी देर। अभी तुर पे हाँ जी सुनहरी मार्केट च दीदी नाल, गुरुआ की धरती अमृतसर। स्पीड चेक करो, वैसे किन्ने वधिया चीज़ है ना, देखो पंजाबी च लिखा हुआ सारे कि है ना, डोमिनोज पिज्जा, तो बड़ा वधिया लग्या यार, जन्नत। चाह दे मरीजां ते सानू नहीं मिली चाह, असी अपना टिकाणा बदल लिया। रजनी
ਬਹੁਤ ਸੋਹਣੀ ਦੁਕਾਨ ਆ, ਕਲੈਕਸ਼ਨ ਬਹੁਤ ਵਧੀਆ, ਬਹੁਤ ਜ਼ਿਆਦਾ ਵਧੀਆ। ਤੇ ਅਸੀਂ ਹੁਣੇ ਹੁਣੇ ਮਾਰਕੀਟ ਜਾ ਕੇ ਆਏ ਹਾਂ, ਥੋੜ੍ਹਾ ਜਿਹਾ ਸਮਾਨ ਲੈ ਕੇ ਆਏ। ਦੀਦੀ ਉਹਨਾਂ ਦਾ ਨਾਂ ਕੀ ਸੀ? ਬਿੱਟੂ। ਪੂਰਾ ਨਾਮ? ਅਸੀਂ ਨਾ ਪੰਜਾਬੀ ਜੁੱਤੀਆਂ ਲੈ ਕੇ ਆਏ ਹਾਂ ਅਤੇ ਉਹਨਾਂ ਦੀ ਸ਼ੋਪ ਦਾ ਨਾਂ ਸੀਗਾ ਬਿੱਟੂ ਪੰਜਾਬੀ ਜੁੱਤੀ। ਮਤਲਬ ਦਰਬਾਰ ਸਾਹਿਬ ਦੇ ਜਿਹੜੀ ਬਾਹਰ ਵਾਲੀ ਮੇਨ ਮਾਰਕੀਟ ਹੈ ਨਾ, ਉੱਥੇ ਹੀ ਆ, ਰਾਈਟ ਹੈਂਡ ਸਾਈਡ 'ਤੇ ਬਿੱਟੂ। ਅਤੇ ਮਤਲਬ ਉਹਨਾਂ ਦਾ ਮਤਲਬ ਸਰਵਿਸਿਜ ਬਹੁਤ ਘੈਂਟ, ਮਤਲਬ ਖੁਦ ਵੀ ਕਿ ਤੁਸੀਂ ਜਾਓਗੇ ਤਾਂ ਤੁਸੀਂ ਖਾਲੀ ਹੱਥ ਨਹੀਂ ਵਾਪਸ ਆਓਗੇ, ਤੁਸੀਂ ਜੁੱਤੀਆਂ ਲੈ ਕੇ ਹੀ ਮੁੜੋਗੇ ਉੱਥੋਂ। ਅਸੀਂ 3 ਲਈਆਂ ਨੇ ਕਿ ਅਤੇ ਮਤਲਬ ਬਹੁਤ ਵਧੀਆ ਸੀ ਅਤੇ ਬਹੁਤ ਵਧੀਆ ਵੈਰਾਇਟੀ, ਰੇਟ ਵੀ ਵਧੀਆ ਨੇ। ਅਤੇ ਤੁਸੀਂ ਵੀ ਸਾਰੇ ਜਣੇ ਕਦੇ ਜੇ ਅੰਮ੍ਰਿਤਸਰ ਆਏ ਤਾਂ ਉਹਨਾਂ ਦੀ ਦੁਕਾਨ 'ਤੇ ਜ਼ਰੂਰ ਜਾਏ, ਉੱਥੋਂ ਪੰਜਾਬੀ ਜੁੱਤੀਆਂ ਲਿਓ, ਬਹੁਤ ਵਧੀਆ ਕਲੈਕਸ਼ਨ ਆ ਉਹਨਾਂ ਕੋਲ। ਅਤੇ ਹੁਣ ਅਸੀਂ ਆਏ ਹਾਂ, ਮੈਂ ਕਿਹਾ ਦੀਦੀ ਹੁਣ ਥੋੜ੍ਹੀ ਦੇਰ ਅਸੀਂ ਰੈਸਟ ਕਰਦੇ, ਉਸ ਤੋਂ ਬਾਅਦ ਅਸੀਂ ਰਾਤ ਨੂੰ ਜਾਵਾਂਗੇ ਦਰਬਾਰ ਸਾਹਿਬ, ਫਿਰ ਤੁਹਾਨੂੰ ਉੱਥੇ ਦਾ ਵਿਊ ਦਿਖਾਉਂਦੇ ਹਾਂ, ਠੀਕ ਹੈ? ਹਾਂ, ਇੱਕ ਹੋਰ ਗੱਲ, ਅਸੀਂ ਪੂਰੀ ਮਾਰਕੀਟ ਘੁੰਮੇ, ਸਾਨੂੰ ਚਾਹ ਨਹੀਂ ਨਾ ਮਿਲੀ, ਹੁਣ ਦੀਦੀ ਤੋਂ ਪੁੱਛੋ। ਦੀਦੀ, ਮੈਂ ਹੁਣੇ ਹੁਣੇ ਜਾ ਕੇ ਅਤੇ ਉਹ ਹੋਟਲ ਦਾ ਜੋ ਵੀ ਓਨਰ, ਮੈਂ ਉਹਨੂੰ ਪੁੱਛਿਆ ਕਿ ਸਾਡੇ ਲਈ ਚਾਹ ਵਗੈਰਾ ਦਾ ਕੁਛ ਪ੍ਰਬੰਧ ਹੋ ਜਾਏ, ਤਾਂ ਹੁਣੇ 5 ਮਿੰਟ 'ਚ ਸਾਨੂੰ ਚਾਹ ਦੇ ਰਹੇ ਹੈ, ਇਲਾਇਚੀ ਲੌਂਗ ਪਾ ਕੇ। ਕਿਆ ਬਾਤ ਹੈ, ਕਿਆ ਬਾਤ ਹੈ, ਹਾਂ 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 ਆ ਗਿਆ ਸਾਹ 'ਚ ਸਾਹ। ਮਤਲਬ ਇਸ ਚੀਜ਼ ਕੇ ਲੀਏ ਹਮ ਪੂਰੀ ਮਾਰਕੀਟ ਮੈਂ ਘੁੰਮੇ ਹੈ ਔਰ ਇਹ ਅਬ ਮਿਲੀ ਹੈ ਹਮੇ ਦੁਬਾਰਾ ਆਪਣੇ ਰੂਮ ਮੇ ਹੀ ਆ ਕੇ। ਇਸਕੋ ਦੇਖ ਕੇ ਜੋ ਮੇਰੇ ਕੋ ਸਕੂਨ ਮਿਲ ਰਿਹਾ ਹੈ ਨਾ, ਮੈਂ ਬਤਾ ਵੀ ਨਹੀਂ ਸਕਦੀ, ਤਰਸੇ ਪਏ ਸੀ। ਅਜੇ ਮਤਲਬ ਸਾਰੇ ਮੈਨੂੰ ਕਹਿੰਦੇ ਆ ਕਿ ਤੇਰੇ 'ਚ ਕੌਨਫੀਡੈਂਸ ਬਹੁਤ ਹੈ, ਤੇਰਾ ਕੌਨਫੀਡੈਂਸ ਲੈਵਲ ਹਮੇਸ਼ਾ ਅੱਪ ਰਹਿੰਦਾ ਨਾ, ਪਰ ਮੈਂ ਇੱਕ ਚੀਜ਼ ਦੇਖੀ ਆ, ਮੇਰੇ ਤੋਂ ਜ਼ਿਆਦਾ ਜੇ ਕੋਈ ਕੌਨਫੀਡੈਂਟ ਇਨਸਾਨ ਹੈਗਾ ਹੈ ਤਾਂ ਉਹ ਕੌਣ ਆ, ਮੈਂ ਤੁਹਾਨੂੰ ਦੱਸਦੀ। ਮੈਂ ਦੀਦੀ ਨੂੰ ਦੇਖਿਆ ਉੱਥੇ, ਮੈਂ ਨਾ ਮਤਲਬ ਮੈਂ ਸੋਚ ਸੋਚ ਕੇ ਵੀਡੀਓ ਬਣਾਵਾਂ ਕਿ ਯਾਰ ਕਿ ਲੋਕ ਨੇ ਹੈ ਨਾ, ਇੰਨੀ ਭੀੜ ਹੈ, ਪਰ ਦੀਦੀ ਦੀਦੀ ਆਪਣੀ ਮਸਤੀ 'ਚ ਲੱਗੀ ਹੋਈ ਪੂਰੀ, ਪਰ ਨਾ ਮੈਂ ਹੀ ਵਲੌਗਰ ਹੈ, ਫੇਮਸ ਵਲੌਗਰ, ਦੂਜਾ ਕੋਈ ਹੈ ਨਹੀਂ। Few moments later. ਸਾਨੂੰ ਕੌਣ ਮਿਲੇ, ਸੇ ਹਾਏ। ਹੱਸ ਕੇ ਰਹੇ ਹੋ ਤੁਸੀਂ? ਦਰਬਾਰ ਸਾਹਿਬ ਗਏ ਸੀ ਅਤੇ ਅਸੀਂ ਦਰਸ਼ਨ ਕੀਤੇ, ਲੰਗਰ ਛਕਿਆ ਅਤੇ ਉੱਥੇ ਤੁਸੀਂ ਵੀਡੀਓ 'ਚ ਦੇਖਿਆ ਹੋਣਾ ਕਿ ਸਾਨੂੰ ਕੌਣ ਮਿਲੇ ਸੀ, ਉਹ ਮੇਰੀ ਮਿਊਜ਼ਿਕ ਕਲਾਸ 'ਚ ਸੀਗੇ, ਮੇਰੇ ਫਰੈਂਡ ਸੀਗੇ ਵੀਰ ਜੀ, ਵੀਰ ਜੀ ਹੈ, ਵੱਡੇ ਵੀਰ ਜੀ ਹੈ, ਅਤੇ ਉਹ ਮਿਲੇ ਸੀ ਅਤੇ ਅਸੀਂ ਉਹਨਾਂ ਨਾਲ ਹੀ ਰਹੇ ਫਿਰ ਥੋੜ੍ਹੀ ਦੇਰ। ਹੁਣ ਆ ਹੁਣ ਥੋੜ੍ਹੀ ਦੇਰ ਸੋਵਾਂਗੇ ਅਤੇ ਤੁਹਾਨੂੰ ਮਿਲਦੇ ਹਾਂ ਅਸੀਂ ਕੱਲ੍ਹ ਦੇ ਵਲੌਗ 'ਚ। ਉਮੀਦ ਕਰਦੀ ਹਾਂ ਤੁਹਾਨੂੰ ਸਾਡਾ ਵਲੌਗ ਪਸੰਦ ਆਇਆ ਹੋਊਗਾ, ਜੇ ਪਸੰਦ ਆਇਆ ਤਾਂ ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਅਤੇ ਸਬਸਕ੍ਰਾਈਬਰ ਵਧਾਉਣਗੇ ਤੁਸੀਂ, ਸ਼ੇਅਰ ਜ਼ਰੂਰ ਕਰਿਓ, ਸਾਡੇ ਸਬਸਕ੍ਰਾਈਬਰ ਵਧਾ ਦਿਓ। ਅਤੇ ਹੁਣ ਅਸੀਂ ਲੱਗੇ ਹਾਂ ਸੋਣ, ਗੁੱਡ ਨਾਈਟ।